सिंगर ते एक्टर निमरत खैरा जल्दी ही लेके आ रहे ने अपना नवा गीत। जी हाँ, हाल ही दे विच सोशल मीडिया दे जरिए ए जानकारी सामने आई है कि निमरत खैरा यानी कि निमो लेके आ रही है अपना नवा गाना। ते इस गीत दे पहले पोस्टर नु भी कर दिता गया है सोशल मीडिया ते सांझा। गीत दे पोस्टर दे विच एज ऑलवेज निमरत खैरा काफी सिंपल लेकिन ब्यूटीफुल लग रहे ने ते उन्हां दी लुक काफी ट्रेडिशनल है ते लोग उन्हां नु काफी ज्यादा पसंद कर रहे ने। इस गीत का टाइटल है माण मत्ती। सो माण मत्ती गीत दे लई लोग काफी ज्यादा एक्साइटेड हो रहे ने क्योंकि हजारा ही लाइक्स निमरत खैरा दी इस पोस्ट ते आ चुके ने ते हजारा ही कमेंट्स ने उन्हां दे फैंस दे वल्लों जो कीते गए ने। ते दस दिए कि इस दे नाल ही नीरू बाजवा दे वल्लों भी निमरत खैरा दी तारीफ दे विच कमेंट कीता गया ते लिखिया गया है गॉर्जियस। परी पंधेर लिखदे ने माण मत्ती। बंटी बैंस होरां ने भी कमेंट कीता। नायकरा कौर लिखदे ने सो ब्यूटीफुल। प्रतपाल ਸਿਆਂ ਲਿਖਦੇ ਨੇ ਮੱਚ ਲਵ ਰਿਸਪੈਕਟ ਤੇ ਹੋਰ ਵੀ ਕਈ ਸਾਰੇ ਕਮੈਂਟਸ ਆ ਚੁੱਕੇ ਨੇ ਉਹਨਾਂ ਦੇ ਫੈਨਸ ਦੇ ਵੱਲੋਂ ਹਜ਼ਾਰਾਂ ਹੀ ਕਮੈਂਟਸ ਕੀਤੇ ਗਏ ਨੇ। ਉਹਦੇ ਹੀ ਜੇਕਰ ਮਾਣ ਮੱਤੀ ਗੀਤ ਦੇ ਕ੍ਰੈਡਿਟਸ ਦੀ ਗੱਲ ਕੀਤੀ ਜਾਵੇ ਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਵਨ ਐਂਡ ਓਨਲੀ ਨਿਮਰਤ ਖੈਰਾ ਨੇ ਤੇ ਇਸ ਗੀਤ ਨੂੰ ਲਿਖਿਆ ਹੈ ਹਰਮਨਜੀਤ ਸਿੰਘ ਨੇ। ਹਰਮਨਜੀਤ ਸਿੰਘ ਜੋ ਕਿ ਆਪਣੀ ਸਾਫ਼ ਸੁਥਰੀ ਲਿਖਤ ਦੇ ਵਾਸਤੇ ਜਾਣੇ ਜਾਂਦੇ ਨੇ ਤੇ ਉਹਨਾਂ ਦੀ ਲਿਖੀ ਹੋਈ ਰਾਣੀ ਤੱਤ ਕਿਤਾਬ ਦਰਸ਼ਕਾਂ ਦੇ ਵਿੱਚ ਕਾਫ਼ੀ ਜ਼ਿਆਦਾ ਪਸੰਦੀਦਾ ਹੈ। ਇਸ ਤੋਂ ਇਲਾਵਾ ਦੱਸ ਦਈਏ ਮਿਊਜ਼ਿਕ ਹੈ ਦ ਕਿੱਡ ਦਾ ਜਿਨ੍ਹਾਂ ਨੇ ਮਿਊਜ਼ਿਕ ਨਾਲ ਕਾਫੀ ਵੱਡਾ ਨਾਮ ਬਣਾਇਆ ਹੈ ਤੇ ਕਈ ਸਾਰੇ ਸੁਪਰ ਹਿੱਟ ਗੀਤ ਆਪਣੇ ਮਿਊਜ਼ਿਕ ਦੇ ਜ਼ਰੀਏ ਦਿੱਤੇ ਨੇ। ਦੱਸ ਦਈਏ ਕਿ ਇਸ ਗੀਤ ਦੀ ਵੀਡੀਓ ਬਣਾਈ ਹੈ ਬਲ ਡੀਓ ਨੇ ਯਾਨੀ ਕਿ ਇਸ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ ਬਲਜੀਤ ਸਿੰਘ ਡੀਓ ਦੇ ਵੱਲੋਂ। ਫਿਲਮਾਂ ਤੋਂ ਲੈ ਕੇ ਗੀਤਾਂ ਦੀਆਂ ਹਾਈ ਲੈਵਲ ਵੀਡੀਓਜ਼ ਬਣਾਉਣ ਲਈ ਇਹਨਾਂ ਨੂੰ ਜਾਣਿਆ ਜਾਂਦਾ ਹੈ। ਸੋ ਬਹੁਤ ਹੀ ਪਿਆਰਾ ਕੰਬੀਨੇਸ਼ਨ ਹੈ ਆਰਟਿਸਟ ਦਾ ਨਿਮਰਤ ਖੈਰਾ ਹਰਮਨਜੀਤ ਸਿੰਘ ਦ ਕਿੱਡ ਤੇ ਬਲਜੀਤ ਸਿੰਘ ਡੀਓ ਦਾ। ਆਪਣੇ ਆਪ ਦੇ ਵਿੱਚ ਚਾਰੋਂ ਹੀ ਆਪਣੀ ਆਪਣੀ ਫੀਲਡ ਦੇ ਵਿੱਚ ਸਮਰੱਥ ਨੇ ਤੇ ਲੋਕ ਇਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਤੇ ਮਾਣ ਮੱਤੀ ਗੀਤ ਨੂੰ ਸਾਡੇ ਕੋਲੇ ਲੈ ਕੇ ਆ ਰਹੇ ਨੇ ਪ੍ਰੈਜੈਂਟ ਕਰ ਰਹੇ ਨੇ ਬ੍ਰਾਊਨ ਸਟੂਡੀਓਜ਼ ਐਂਡ ਹਰਵਿੰਦਰ ਸਿੱਧੂ। ਦੱਸ ਦਈਏ ਕਿ ਇਸ ਗੀਤ ਦੀ ਪਰਟੀਕੁਲਰ ਰਿਲੀਜ਼ ਡੇਟ ਵੀ ਸਾਂਝੀ ਕਰ ਦਿੱਤੀ ਗਈ ਹੈ। ਇਸ ਗੀਤ ਦੀ ਰਿਲੀਜ਼ ਡੇਟ ਹੈ 9 ਅਕਤੂਬਰ 2023 ਯਾਨੀ ਕਿ ਕਰੀਬ ਇੱਕ ਹਫ਼ਤੇ ਬਾਅਦ ਸਾਨੂੰ ਇਹ ਗੀਤ ਦੇਖਣ ਨੂੰ ਮਿਲ ਜਾਵੇਗਾ। ਕਿੰਨੇ ਐਕਸਾਈਟਡ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਉੱਥੇ ਹੀ ਦੱਸ ਦਈਏ ਕਿ ਨਿਮਰਤ ਖੈਰਾ ਨੇ ਸੋਸ਼ਲ ਮੀਡੀਆ ਤੇ ਇਸ ਗੀਤ ਦੇ ਪੋਸਟਰ ਨੂੰ ਜਦੋਂ ਸਾਂਝਾ ਕੀਤਾ ਸਾਰੀ ਟੀਮ ਨੂੰ ਕ੍ਰੈਡਿਟ ਦਿੱਤੇ ਨੇ ਤੇ ਟੈਗ ਵੀ ਕੀਤਾ ਇਸ ਦੇ ਨਾਲ ਰਿਲੀਜ਼ ਡੇਟ ਸਾਂਝੀ ਕੀਤੀ ਹੈ ਤੇ ਇਹ ਵੀ ਲਿਖਿਆ ਮਾਣ ਮੱਤੀ ਜਦੋਂ ਪੰਜਾਬ ਦੀ ਸੁਰ ਬੁਲੰਦ ਆਬੋ ਹਵਾ ਅੰਦਰ ਰੱਜ ਕੇ ਸਾਹ ਲੈਂਦਿਆਂ ਉਹਨੇ ਆਪਣੀ ਨਿੱਘੀ ਤੇ ਨਿਰਾਲੀ ਹੋਂਦ ਦਾ ਮੱਥਾ ਚੁੰਮਿਆ ਤਾਂ ਸਮਿਆਂ ਨੇ ਉਹਨੂੰ ਮਾਣ ਮੱਤੀ ਪੰਜਾਬਣ ਕਹਿ ਕੇ ਪੁਕਾਰਿਆ। ਸੋ ਮਾਣ ਮੱਤੀ ਗੀਤ ਦੇ ਲਿਰਿਕਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਕਿੰਨੇ ਡੂੰਘੇ ਤੇ ਸੋਹਣੇ ਹੋਣ ਵਾਲੇ ਨੇ ਤੇ ਉੱਥੇ ਹੀ ਹਰਮਨਜੀਤ ਸਿੰਘ ਦੇ ਵੱਲੋਂ ਜਦੋਂ ਕਿ ਕੁਝ ਲਿਖਿਆ ਗਿਆ ਹੈ ਤੇ ਉਹ ਸੋਹਣਾ ਹੀ ਹੋਵੇਗਾ। ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ ਕਿੰਨੇ ਐਕਸਾਈਟਡ ਹੋ ਇਸ ਗੀਤ ਲਈ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।